ਸਾਡੇ ਏਰੀਏ 'ਚ ਸਭ ਤੋਂ ਵੱਧ ਬਲੈਕ 'ਚ ਵਿਕਣ ਵਾਲਾ ਬੀ 7301 ਅਤੇ ਤੀਜਾ ਹੁਣ ਤੁਹਾਨੂੰ ਵਿਖਾਉਂਦੇ ਹਾਂ ਟਰੁੱਥਫੁੱਲ ਜਿਹੜਾ ਇਹ ਸਸਤਾ ਹੁੰਦਾ ਥੋੜ੍ਹਾ ਜਿਹਾ ਸਰਟੀਫਾਈਡ ਨਾਲੋਂ ਅਤੇ ਸਭ ਤੋਂ ਮਹਿੰਗਾ ਵਾ ਫਾਊਂਡੇਸ਼ਨ PR 131 ਇਹਦੇ ਰੇਟ ਦੀ ਇਹ ਮਿਲਿਆ ਵਾ ਇਹ ਲਿਆਂਦਾ ਆਪਾਂ 128 ਅਤੇ ਫਾਊਂਡੇਸ਼ਨ ਲਿਆਂਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ, ਕੀ ਹਾਲ ਚਾਲ, ਠੀਕ ਠਾਕ ਸਾਰੇ? ਆਪਣੇ ਚੈਨਲ 'ਤੇ ਤੁਹਾਡਾ ਸਵਾਗਤ ਆ, ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ ਤੁਹਾਡਾ ਸਵਾਗਤ ਆ। ਅੱਜ ਆਪਾਂ ਗੱਲ ਕਰਾਂਗੇ ਬੀਜ ਦੀ, ਬੀਜ ਲਿਆਂਦਾ ਨਵਾਂ, ਵੱਖੋ ਵੱਖੀਆਂ ਵਰਾਇਟੀਆਂ ਲਿਆਂਦੀਆਂ 3-4, ਤੁਹਾਨੂੰ ਸਾਰਾ ਡਿਟੇਲ ਦੱਸਾਂਗੇ ਕਿੰਨੇ ਦੀਆਂ ਲਿਆਂਦੀਆਂ ਅਤੇ ਕਿੰਨੇ ਨੂੰ ਕਿਲੋ ਬੀਜ ਮਿਲਿਆ, ਕਿ ਰੇਟ ਵੀ, ਝਾੜ ਵੀ। ਅਤੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਲਿਆਂਦਾ ਪ੍ਰਤਾਪ ਦਾ ਬੀ ਜੈਤੋ ਸਰਜੇ ਵਾਲਿਆਂ ਦਾ, ਇਹ ਲਿਆਂਦਾ ਆਪਾਂ 128 ਅਤੇ ਫਾਊਂਡੇਸ਼ਨ ਲਿਆਂਦਾ। ਇੱਕ ਫਾਊਂਡੇਸ਼ਨ ਹੁੰਦਾ ਉਤੋਂ ਥੱਲੇ ਸਰਟੀਫਾਈਡ, ਉਤੋਂ ਥੱਲੇ ਹੁੰਦਾ ਟਰੁੱਥਫੁੱਲ। ਇਹ ਮਿਲਿਆ ਆਪਾਂ ਨੂੰ ਫਾਊਂਡੇਸ਼ਨ ਮਿਲ ਗਿਆ, ਬੜਾ ਘੱਟ ਮਿਲਦਾ ਉਹਦਾ ਫਾਊਂਡੇਸ਼ਨ। ਇਹ ਆ PR 128, ਇਹ ਤਾਂ ਚਲੋ ਪਿਛਲੀ ਵਾਰ ਵਰਾਇਟੀ ਅਸੀਂ ਲਾਈ ਸੀ ਆਪ, ਅਤੇ ਇਹਦਾ ਝਾੜ ਜਿਹੜਾ ਵਾ 31-32 ਕੁਇੰਟਲ ਦੇ ਲਾਗੇ ਪਿਛਲੀ ਵਾਰ ਰਿਹਾ ਸੀ। ਅਤੇ ਬਾਕੀ ਗੱਲ ਇਹਦੇ ਰੇਟ ਦੀ, ਇਹ ਮਿਲਿਆ ਵਾ 70 ਰੁਪਈਏ ਕਿਲੋ ਫਾਊਂਡੇਸ਼ਨ ਆ ਜਿਹੜਾ 70 ਰੁਪਈਏ ਕਿਲੋ, ਜਿਹੜਾ ਸਰਟੀਫਾਈਡ ਆ ਉਹ ਥੋੜ੍ਹਾ 60 ਕੁ ਵਾ, ਅਤੇ ਜਿਹੜਾ ਟਰੁੱਥਫੁੱਲ ਆਉਂਦਾ ਉਹ ਆਉਂਦਾ 50 ਕੁ ਰੁਪਈਏ। ਬਾਕੀ ਹੁਣ ਦੂਜਾ ਵੀ ਤੁਹਾਨੂੰ ਦਿਖਾਉਂਦੇ ਹਾਂ। ਇਹ ਆ ਕਰਨਾਲ ਦਾ, ਕਰਨਾਲ ਦਾ ਵਾ ਇਹ, ਇਹ 4 ਕਿਲੋ ਦੀ ਪੈਕਿੰਗ 'ਚ ਮਿਲਿਆ ਵਾ ਆਹੜਾ ਬੋਰਾ, ਇਹ 30 ਕਿਲੋ 'ਚ। ਅਤੇ ਇਹ ਆ PR 131, ਅਤੇ ਇਹ ਆਪਾਂ ਇਹ ਹੈਗਾ ਵਾ ਟਰੁੱਥਫੁੱਲ, ਟਰੁੱਥਫੁੱਲ ਲੇਬਲ ਆ। ਇਹ ਨਿਸ਼ਾਨੀ ਰੱਖਿਆ ਕਰੋ ਜਦੋਂ ਬੀਜ ਲੈਣ ਜਾਂਦੇ ਹਾਂ, ਹਮੇਸ਼ਾ ਵੇਖਿਆ ਕਰੋ ਕਿਹੜਾ ਵਾ। ਟਰੁੱਥਫੁੱਲ ਜਿਹੜਾ ਇਹ ਸਸਤਾ ਹੁੰਦਾ ਥੋੜ੍ਹਾ ਜਿਹਾ ਸਰਟੀਫਾਈਡ ਨਾਲੋਂ, ਅਤੇ ਸਭ ਤੋਂ ਮਹਿੰਗਾ ਵਾ ਫਾਊਂਡੇਸ਼ਨ। ਅਤੇ ਇਹ ਆਪਾਂ ਨੂੰ ਮਿਲਿਆ ਵਾ 110 ਰੁਪਏ ਕਿਲੋ ਮਿਲਿਆ ਵਾ ਆਹ ਵਾਲਾ 131 ਦਾ। ਅਤੇ ਇਹ ਆਪਾਂ ਲਾਇਆ ਵੀ ਨਹੀਂ ਆ, ਪਹਿਲੀ ਵਾਰੀ ਲਾਉਣ ਲੱਗੇ ਹਾਂ, ਅਤੇ ਦੱਸਦੇ ਆ ਵੀ 30-31 ਕੁਇੰਟਲ ਦੇ ਲਾਗੇ ਝਾੜ ਹੈਗਾ ਵਾ। ਬਾਕੀ ਇਹ ਆ ਵੀ ਇਹਨੂੰ ਬਿਮਾਰੀ ਬਿਮੂਰੀ ਨਹੀਂ ਕੋਈ ਪੈਂਦੀ, ਡਿੱਗਦਾ ਵੀ ਨਹੀਂ ਆ। 121 ਦੀ ਪਿੰਡ 'ਚੋਂ ਹੀ ਆ, 121 ਦੇ 114 ਦੀ ਪਿੰਡ 'ਚੋਂ, ਅਤੇ ਡਿੱਗਦਾ ਘੱਟ ਆ, ਬਿਮਾਰੀ ਨਹੀਂ ਕੋਈ ਪੈਂਦੀ ਇਹਨੂੰ ਖਾਸ ਕਰ। ਇਹਨੂੰ ਮਾੜੀ ਜਿਹੀ ਪ੍ਰੋਬਲਮ 128 ਨੂੰ ਆਉਂਦੀ ਆ ਉਹਦੀ ਗੋਬ ਦੀ ਸੁੰਡੀ ਦੀ। ਅਤੇ ਤੀਜਾ ਹੁਣ ਤੁਹਾਨੂੰ ਵਿਖਾਉਂਦੇ ਹਾਂ, ਇਹ ਵੀ ਪ੍ਰਤਾਪ ਦਾ ਹੀ ਆ, ਇਹ ਵੀ 4 ਕਿਲੋ ਦੀ ਪੈਕਿੰਗ ਮਿਲੀ ਆ। ਇਹ ਆ 17-18 ਦਾ ਬਾਸਮਤੀ ਦਾ, ਇਹ ਵੀ 4 ਕਿਲੋ ਦੀ ਪੈਕਿੰਗ ਮਿਲੀ, ਇਹ ਵੀ ਟਰੁੱਥਫੁੱਲ ਆ। ਆਹ ਵੇਖ ਲਓ TL ਲਿਖਿਆ ਨਾ, ਇਹ ਨਿਸ਼ਾਨੀ ਹੁੰਦੀ ਆ, ਇਹ ਵੀ ਟਰੁੱਥਫੁੱਲ ਆ। PB 17-18 ਅਤੇ ਇਹ ਬਾਸਮਤੀ ਆ, ਇਹ ਪਿਛਲੀ ਵਾਰੀ ਲਾਈ ਸੀ, ਇਹਦਾ ਝਾੜ
ਯਾਨੀ ਕਿ 21-22 ਦੇ ਲਾਗੇ ਛਾਗੇ ਕੁਇੰਟਲ ਕਿੱਲੇ ਦਾ ਹੈਗਾ ਜਿਹੜਾ ਸਾਡੇ ਖੇਤਾਂ ਦੇ ਵਿੱਚ ਨਿਕਲਿਆ ਆ, ਅਤੇ ਇਹ ਮਿਲਿਆ ਵਾ ਆਪਾਂ ਨੂੰ 100 ਰੁਪਈਏ ਕਿਲੋ, 4 ਕਿਲੋ 'ਚ ਪੈਸੇ ਮਿਲੀ ਆ। ਅਤੇ ਬਹੁਤ ਸੋਹਣੀ ਝਾੜ, ਬੜਾ ਵਧੀਆ ਇਹਦਾ। ਬਾਕੀ ਦੂਜੀ ਗੱਲ ਡਿੱਗਦੀ ਘੱਟ ਆ, ਅਤੇ 11-21 ਜਿਹੜੀ ਉਹ ਡਿੱਗਦੀ ਵੱਧ ਆ ਅਤੇ ਝਾੜ ਉਹਦਾ ਘੱਟ ਆ, ਇਹਦਾ ਝਾੜ ਵੱਧ ਆ ਡਿੱਗਦੀ ਵੀ ਘੱਟ ਆ। ਰੇਟ ਦਾ ਖੈਰ 100-200 ਰੁਪਈਏ ਦਾ 11-21 ਨਾਲ ਫਰਕ ਹੁੰਦਾ, ਜ਼ਿਆਦਾ ਨਹੀਂ ਹੁੰਦਾ। ਪਿਛਲੇ ਵਾਰੀ ਬਹੁਤ ਵਧੀਆ ਨਿਕਲੀ ਸੀ, 4,4200 ਨੂੰ ਵਿਕੀ ਸੀ, ਝਾੜ 21-22 ਕੁਇੰਟਲ ਨਿਕਲ ਆਇਆ। ਅਤੇ ਇਹ ਹੋ ਗਏ 3-20। ਚੌਥਾ ਤੁਹਾਨੂੰ ਵਿਖਾ ਲਦੇ ਹਾਂ, ਚੌਥਾ ਆ ਗਿਆ ਜੀ ਸਾਵਾ, ਸਭ ਤੋਂ ਵੱਧ ਵਿਕਣ ਵਾਲਾ ਅਤੇ ਸਭ ਤੋਂ ਵੱਧ ਬਲੈਕ 'ਚ ਵਿਕਣ ਵਾਲਾ ਸਾਡੇ ਏਰੀਏ 'ਚ, ਸਾਡੇ ਏਰੀਏ 'ਚ ਸਭ ਤੋਂ ਵੱਧ ਬਲੈਕ 'ਚ ਵਿਕਣ ਵਾਲਾ ਵੀ ਸਾਵਾ 73-01। ਇਹ ਹਾਈਬ੍ਰਿਡ ਵਰਾਇਟੀ ਆ, ਅਤੇ ਸਭ ਤੋਂ ਵੱਧ ਸਾਡੇ ਇੱਥੇ ਲੱਗਦੇ ਆ ਅੰਮ੍ਰਿਤਸਰ ਗੁਰਦਾਸਪੁਰ ਏਰੀਏ ਦੇ ਵਿੱਚ, ਸਭ ਤੋਂ ਵੱਧ ਲੱਗਦਾ ਕਪੂਰਥਲੇ 'ਚ ਵੀ ਮੇਰੇ ਖਿਆਲ ਨਾਲ ਲੱਗਦਾ, ਅੰਮ੍ਰਿਤਸਰ ਦੇ ਵਿੱਚ ਖਡੂਰ ਸਾਹਿਬ ਤਰਨ ਤਾਰਨ ਦੇ ਵਿੱਚ ਜ਼ਿਆਦਾ ਲੱਗਦਾ। ਉੱਥੇ ਆਪਣਾ ਮਟਰਾਂ ਵਾਲੇ ਜਿਹੜੇ ਆ ਸਾਰੇ ਇਹੋ ਲਾਉਂਦੇ ਆ। ਇਹ ਆ ਸਾਰੀ 90 ਦਿਨ ਦੀ ਵਰਾਇਟੀ, 90 ਦਿਨ ਵੀ ਪੂਰੇ ਨਹੀਂ ਲੈਂਦਾ ਇਹ। ਅਤੇ ਝਾੜ ਇਹਦਾ ਬਹੁਤ ਆ, ਝਾੜ ਆ ਇਹਦਾ ਲਗਭਗ 34-35 ਕੁਇੰਟਲ ਦੇ ਲਾਗੇ ਛਾਗੇ ਤਾਂ ਹੈ ਹੀ ਆ, ਜੇ ਪੂਰਾ 17 ਮੋਚਾ ਵਾਲਾ ਕਰਕੇ ਵੇਚੀਏ ਤਾਂ ਵੀ 33-34 ਕੁਇੰਟਲ ਨਿਕਲ ਆਉਂਦਾ। ਪਿਛਲੇ ਵਾਰੀ ਇਹ ਲਾਇਆ ਸੀ ਅਤੇ 32 ਕੁਇੰਟਲ ਨਿਕਲਿਆ ਸੀ, ਬਾਕੀ ਇਹਦੇ ਦਾਣੇ ਬੜੇ ਟੋਪ ਦੇ ਆ, ਵੇਖ ਲਓ ਇਹਦੇ ਦਾਣੇ ਬੜੇ ਟੋਪ ਦੇ ਇਹਦੇ। ਅਤੇ ਇਹਦੇ ਨਾਲੋਂ ਉੱਪਰ ਹੈਗਾ ਵਾ 75-01, 73-01 ਤੋਂ ਉੱਪਰ ਆ 75-01, ਔਰ ਮਿਲਣੇ ਨਹੀਂ ਡਿਆ, ਬਲੈਕ 'ਚ ਵੀ ਨਹੀਂ ਮਿਲਣ ਡਿਆ ਉਹ। ਅਤੇ ਉਹਦਾ ਝਾੜ 40 ਕੁਇੰਟਲ ਆ, ਔਰ ਜ਼ਿਆਦਾ ਤਕੜੀ ਚੀਜ਼ ਆ ਨਾ, ਪਰ ਉਹ ਪੱਕਦਾ ਬੜੀ ਲੇਟ ਆ, ਉਹ ਸਾਰੇ ਝੋਨੇ ਨੂੰ ਬਾਅਦ 'ਚੋਂ ਪੱਕਦਾ ਵਾ, ਬਹੁਤ ਜ਼ਿਆਦਾ ਟਾਈਮ ਲੈਂਦਾ ਉਹ 110 ਦਿਨ ਦੇ ਲਗਭਗ ਲੈਂਦਾ ਟਾਈਮ, 110-115 ਦਿਨ ਦੇ। ਅਤੇ ਇਹ 3 ਕਿਲੋ ਦੀ ਪੈਕਿੰਗ ਮਿਲੀ ਆ ਸਾਵਾ ਵਾਲੇ, 3 ਕਿਲੋ ਨਾਲ ਕਿਲਾ ਲੱਗਦਾ ਤਾਂ ਨਹੀਂ ਆ, ਪਰ ਦਿੰਦੇ 3 ਕਿਲੋ ਦੀ ਪੈਕਿੰਗ ਹੀ ਆ ਸਾਰਿਆਂ ਬੀਆਂ 'ਚ। ਅਤੇ ਇਹਦੇ ਵਿੱਚ ਕੋਈ ਤਰੁੱਥਫੁੱਲ ਨਹੀਂ ਹੁੰਦਾ, ਕੋਈ ਦੂਜਾ ਤੀਜਾ ਸਰਟੀਫਾਈਡ ਫਾਊਂਡੇਸ਼ਨ ਕੁਛ ਨਹੀਂ ਹੁੰਦਾ। ਇਹ ਹਾਈਬ੍ਰਿਡ ਬੀਜ ਆ, ਇਹ ਨਾ ਆਪਾਂ ਘਰ ਦਾ ਬੀਜ ਰੱਖ ਸਕਦੇ ਹਾਂ, ਇਹ ਹਰ ਸਾਲ ਨਵਾਂ ਹੀ ਲੈਣਾ ਪੈਣਾ। ਅਤੇ ਬਾਕੀ ਆਹ ਇਹਦੀ ਡਿਟੇਲ ਲੱਗੀ ਆ, ਪੜ੍ਹ ਲਿਓ। ਰੇਟ ਇਹ 'ਤੇ ਲਿਖਿਆ ਵਾ 1600 ਰੁਪਈਆ, 1611 ਰੁਪਈਏ ਲਿਖਿਆ ਰੇਟ, ਪਰ ਇਹ ਮਿਲਣ ਡਿਆ ਵਾ 2200 ਦਾ ਸਾਵਾ ਹਾਈਬ੍ਰਿਡ ਆ 73-01। ਅਤੇ 3 ਕਿਲੋ ਦੀ ਪੈਕਿੰਗ ਆ, ਇਹ ਆਪਾਂ ਨੂੰ 2000 ਦਾ ਮਿਲਿਆ ਵਾ, ਇਹ 1600 ਦਾ ਅਤੇ ਕਿਸੇ ਨੂੰ ਵਿਰਲੇ ਨੂੰ ਮਿਲਿਆ, ਜਿਨ੍ਹਾਂ ਦੇ ਕੋਈ ਹੈਗੇ ਆ ਲਿੰਕ ਉਹਨਾਂ ਨੇ ਮਿਲਿਆ ਵਾ। ਅਤੇ ਆਪਾਂ ਥੋੜ੍ਹਾ ਜਿਹਾ 75 ਬੁੱਕ ਕਰਾਇਆ ਵਾ, ਸ਼ਾਇਦ ਆਪਾਂ ਨੂੰ ਉਹ ਮਿਲ ਜੇ, ਉਹਦੀ ਵੀ ਜੇ ਉਹ ਮਿਲਿਆ ਤਾਂ ਉਹਦੀ ਵੀਡੀਓ ਪਾਵਾਂਗੇ। ਇਹ ਬੀ ਸਭ ਤੋਂ ਟੋਪ ਦਾ ਬੀ ਆ, ਹੈਗਾ ਤਾਂ ਹਾਈਬ੍ਰਿਡ ਆ ਪਰ ਬਹੁਤ ਵਧੀਆ ਝਾੜ ਆ ਇਹਦਾ, ਪੱਕਦਾ ਵੀ 90 ਦਿਨ 'ਚ ਆ। ਇਹ ਜੁਲਾਈ 15-20 ਜੁਲਾਈ ਨੂੰ ਲਾਈਏ ਨਾ, ਅਤੇ ਤਾਂ ਵੀ 5-10 ਅਕਤੂਬਰ ਨੂੰ ਵੱਢ ਲਈਦਾ ਵਾ, ਯਾਨੀ ਕਿ 15 ਜੁਲਾਈ ਨੂੰ ਜੁਲਾਈ ਅਤੇ 15 ਅਕਤੂਬਰ ਨੂੰ ਵੱਢ ਲੈਣਾ ਵਾ, ਸਿੱਧਾ 3 ਮਹੀਨਿਆਂ ਦੀ ਵਰਾਇਟੀ ਹੈ।
ਸੋ ਵੀਡੀਓ ਵੇਖਣ ਵਾਸਤੇ ਥੈਂਕ ਯੂ, ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ ਅਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ। ਹੋਰ ਵੀ ਇੱਦਾਂ ਦੀਆਂ ਨਵੀਆਂ ਨਵੀਆਂ ਵੀਡੀਓ ਵੇਖਣ ਲਈ ਚੈਨਲ ਸਬਸਕ੍ਰਾਈਬ ਕਰ ਲਓ। ਧੰਨਵਾਦ ਜੀ।